ਸਿੰਘ ਬਿੱਟੂ ਸਾਹਿਬ ਜਿਹੜੇ ਕਿ ਉਚੇਚਾ ਤੌਰ ਤੇ ਦਿੱਲੀ ਤੋਂ ਚੱਲ ਕੇ ਆਏ ਔਰ ਮੇਰੀ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰਾਉਣ ਵਿੱਚ ਇਹਨਾਂ ਦੇ ਆਉਣ ਨਾਲ ਸਾਡੀ ਬੜੀ ਇੱਜ਼ਤ ਅਫਜ਼ਾਈ ਤੇ ਬੜੀ ਹੌਸਲਾ ਅਫਜ਼ਾਈ ਹੋਈ ਹੈ। ਮੈਂ ਰਵਨੀਤ ਸਾਹਿਬ, ਮੈਂ ਤੁਹਾਡੀ ਮਾਰਫਤ ਭਾਰਤੀ ਜਨਤਾ ਪਾਰਟੀ ਦੀ ਤਮਾਮ ਲੀਡਰਸ਼ਿਪ ਨੂੰ, ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਜਮਾਤ ਹੈ, ਉਹਨਾਂ ਨੇ ਮਨਪ੍ਰੀਤ ਤੇ ਭਰੋਸਾ ਕੀਤਾ, ਮੈਨੂੰ ਇਸ ਟਿਕਟ ਨਾਲ ਨਵਾਜ਼ਿਆ। ਮੈਂ ਤੁਹਾਡੀ ਮਾਰਫਤ ਆਪਣੀ ਲੀਡਰਸ਼ਿਪ ਨੂੰ, ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਹੋਮ ਮਿਨਿਸਟਰ ਸਾਹਿਬ ਨੂੰ, ਨੱਡਾ ਜੀ ਨੂੰ, ਜਾਖੜ ਸਾਹਿਬ ਨੂੰ, ਸਾਡੇ ਲੋਕਲ ਸਾਡੇ ਸਤੀਸ਼ ਜੀ, ਅਵਿਨਾਸ਼ ਜੀ ਸਾਰੇ, ਕਿ ਮੈਂ ਤੁਹਾਡਾ ਇਸ ਗੱਲ ਦਾ ਬੜਾ ਸ਼ੁਕਰਗੁਜ਼ਾਰ ਹੈ। ਔਰ ਜੋ ਤੁਹਾਡਾ ਮੇਰੇ 'ਤੇ ਭਰੋਸਾ ਹੈ, ਇਹ ਮੇਰੇ ਲਈ ਇੱਕ ਅਜ਼ੀਮ ਜ਼ਿੰਮੇਵਾਰੀ ਹੈ ਔਰ ਇੱਕ ਮੁਕੱਦਸ ਇਮਾਨਤ ਹੈ। ਇਸ ਇਮਾਨਤ ਦੇ ਵਿੱਚ ਮੈਂ ਕਦੇ ਖਿਆਨਤ ਨਹੀਂ ਹੋਣ ਦੇਵਾਂਗਾ। ਮੈਂ ਬੀਜੇਪੀ ਦੀ ਲੀਡਰਸ਼ਿਪ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਹੈ ਕਿ ਜਦੋਂ ਤੱਕ ਗਿੱਦੜਵਾ ਦੇ ਲੋਕ ਖੁਸ਼ ਨਹੀਂ ਹੋ ਜਾਂਦੇ, ਨਾ ਟਿੱਕ ਕੇ ਚੈਨ ਨਾਲ ਮਨਪ੍ਰੀਤ ਬੈਠੂਗਾ ਅਤੇ ਨਾ ਟਿੱਕ ਕੇ ਜੋ ਗਿੱਦੜਵਾ ਦੀ ਬੀਜੇਪੀ ਦੀ ਸਾਡੇ ਸਾਰੇ ਮੰਡਲ ਔਰ ਸਾਰੇ ਜ਼ਿਲ੍ਹੇ ਦੇ ਲੋਕ ਹੈ, ਨਾ ਟਿੱਕ ਕਰ ਅਸੀਂ ਉਦੋਂ ਬੈਠਾਂਗੇ। ਔਰ ਮੈਂ ਗਿੱਦੜਵਾ ਦੇ ਲੋਕਾਂ ਨੂੰ ਇਸ ਗੱਲ ਦਾ ਵਾਅਦਾ, ਵਿਸ਼ਵਾਸ, ਭਰੋਸਾ, ਯਕੀਨ, ਇਤਬਾਰ, ਤਸੱਲੀ ਕਿ ਜੋ ਵੀ ਸਾਡੇ ਮਸਲੇ ਮਸਾਇਲ ਹੈ, ਜੋ ਲਮਕਦੀਆਂ ਜਿਹੜੇ ਕੰਮ ਅੱਜ ਪਏ ਹੈ, ਸਾਡੀ ਹਰ ਮੁਮਕਿਨ ਕੋਸ਼ਿਸ਼ ਹੈ ਕਿ ਅਗਲੇ 2 ਸਾਲਾਂ 'ਚ ਜਦੋਂ ਕਿ ਅਗਲੇ, ਕਿਉਂਕਿ ਇਹ ਤਾਂ ਜ਼ਿਮਨੀ ਚੋਣ ਹੈ, ਅਗਲੇ ਜਿਹੜਾ ਮੇਨ ਜਿਹੜੀ ਚੋਣ ਤੋਂ 27 ਦੀ ਚੋਣ ਤੋਂ ਪਹਿਲਾਂ ਅਸੀਂ ਤੁਹਾਡੀਆਂ ਆਸਾਂ ਅਤੇ ਉਮੀਦਾਂ 'ਤੇ ਪੂਰੇ ਉਤਰ ਸਕੀਏ। ਔਰ ਇਸ ਨੇਕ ਕੰਮ ਲਈ ਮੈਂ ਪਰਮਾਤਮਾ ਦੀ ਮਦਦ ਅਤੇ ਗਿੱਦੜਬਾ ਹਲਕੇ ਦੇ ਲੋਕਾਂ ਦੀ ਮਦਦ ਦਾ ਤਲਬਗਾਰ ਹੈ, ਇਹੀ ਕਹਿ ਸਕਦਾ। ਨੱਡਾ ਸਾਹਿਬ ਦਾ, ਰੁਪਾਨੀ ਸਾਹਿਬ ਦਾ, ਜਾਖੜ ਸਾਹਿਬ ਦਾ, ਮੈਂ ਸਾਰੀ ਪਾਰਟੀ ਦਾ, ਸਾਡੇ ਪ੍ਰਧਾਨ ਜੀ ਦਾ, ਪ੍ਰਧਾਨ ਸਾਡੇ ਇੰਚਾਰਜ, ਜਿਨ੍ਹਾਂ ਨੇ ਇਹ ਬਹੁਤ ਵੱਡਾ, ਕਿਉਂਕਿ ਮਨਪ੍ਰੀਤ ਸਿੰਘ ਬਾਦਲ ਇੱਕ ਆਪ ਦੇ ਵਿੱਚ ਬਹੁਤ ਵੱਡਾ ਨਾਂ ਆ, ਉਹਨਾਂ ਨੇ ਪੰਜਾਬ ਲਈ ਜਿੰਨਾ ਉਹ ਜਾਣਦੇ ਆ, ਇਹ ਕੋਈ ਕੁਛ ਕਹੀ ਜਾਵੇ, ਜਿੰਨਾ ਇਹਨਾਂ ਨੇ ਸੇਵਾ ਪੰਜਾਬ ਦੀ ਕੀਤੀ ਆ, ਲਗਾਤਾਰ 10 ਸਾਲ ਤੋਂ ਵੱਧ ਫਾਈਨਾਂਸ ਮਿਨਿਸਟਰ ਰਹਿਣਾ, ਇਹ ਕਿਸੇ ਦੇ, ਮੈਂ ਸਮਝਦਾ, ਹਿੱਸੇ ਨਹੀਂ ਆਇਆ। ਇੰਨੇ ਜ਼ਿਆਦਾ ਬਜਟ ਪੇਸ਼ ਕਰਨੇ ਕਿਸੇ ਦੇ ਹਿੱਸੇ ਨਹੀਂ ਆਏ। ਜੇ ਦੋਨੋਂ ਪਾਰਟੀਆਂ 'ਚ ਰਹਿ ਕੇ, ਤੇ ਭਾਈ ਸਾਹਿਬ ਕੁਛ ਤਾਂ ਲਿਆਕਤ ਹੋਊਗੀ ਉਹ 'ਚ, ਜੇ ਕਾਂਗਰਸ ਪਾਰਟੀ ਨੇ ਵੀ ਉਹਨਾਂ ਨੂੰ ਆਪਣਾ ਫਾਈਨਾਂਸ ਮਿਨਿਸਟਰ ਬਣਾ ਕੇ ਰੱਖਿਆ, ਅਤੇ ਜਿਹੜਾ ਅਕਾਲੀ ਦਲ ਬਾਦਲ ਸਾਹਿਬ, ਜਿਨ੍ਹਾਂ ਨੂੰ ਆਪਾਂ ਜਾਣਦੇ ਹਾਂ ਵੀ ਕਿਸ ਤਰੀਕੇ ਨਾਲ ਉਹਨਾਂ ਦਾ ਨਾਂ ਆ, ਅਤੇ ਉਹਨਾਂ ਨੇ ਵੀ ਆਪਣਾ ਫਾਈਨਾਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਨੂੰ ਬਣਾ ਕੇ ਰੱਖਿਆ, ਅਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਅਤੇ ਬੀਜੇਪੀ ਨੇ ਜੇ ਟਿਕਟ ਦਿੱਤੀ ਆ ਗਿੱਦੜਵਾਏ ਤੋਂ, ਤਾਂ ਤੁਸੀਂ ਆਪ ਅੰਦਾਜ਼ਾ ਲਾਓ ਵੀ ਇਹ ਪੰਜਾਬ ਦੇ ਲਈ, ਪਾਰਟੀ ਦੀ ਗੱਲ ਹੁੰਦੀ ਆ ਪਰ ਦੇਸ਼ ਦੇ ਲਈ, ਪੰਜਾਬ ਲਈ ਜਿਹੜਾ ਬੰਦਾ ਜਿਉਂਦਾ ਹੈ, ਇਹ ਪੰਜਾਬ ਦੇ ਲਈ ਹਮੇਸ਼ਾ ਹਾਂ ਪੱਖੀ ਜੇ ਕੋਈ ਹੰਗਾਰਾ ਭਰਨ ਵਾਲਾ ਮਨਪ੍ਰੀਤ ਸਿੰਘ ਬਾਦਲ ਨੇ। ਮੈਂ ਇੱਕੋ ਗੱਲ ਕਹੂੰਗਾ, ਮੈਂ ਵੀ ਕੁਛ ਮਹੀਨੇ ਪਹਿਲਾਂ ਬੀਜੇਪੀ ਜੁਆਇਨ ਕੀਤੀ ਹੈ, ਅਤੇ ਮੈਂ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ, ਮੈਂ ਇਲੈਕਸ਼ਨ ਜਿੱਤਿਆ ਭਾਵੇਂ ਹਾਰਿਆ, ਅੱਜ ਪੰਜਾਬ ਦੇ ਇੱਕ ਪੱਗ ਹੋਣ ਕਰਕੇ ਅੱਜ ਮੈਂ ਉਹ ਮੰਤਰੀ ਕੈਬਨਿਟ 'ਚ ਮੈਨੂੰ ਬਿਠਾਇਆ ਉਹਨਾਂ ਨੇ, ਅਤੇ ਮਨਪ੍ਰੀਤ ਸਿੰਘ ਬਾਦਲ ਹੋਣਾ ਨੂੰ ਵੀ ਬੜੀ ਵੱਡੀ ਸੋਚ ਆ ਬੀਜੇਪੀ ਦੀ, ਸਾਡੇ ਪ੍ਰਧਾਨ ਮੰਤਰੀ ਜੀ ਦੀ, ਅਮਿਤ ਸ਼ਾਹ ਜੀ ਦੀ, ਇਹ ਐਵੇਂ ਬੀਜੇਪੀ ਦੇ ਵਿੱਚ ਅੱਜ ਗਿੱਦੜਵਾ ਤੋਂ ਇਲੈਕਸ਼ਨ ਨਹੀਂ ਲੜ ਰਹੇ, ਅਤੇ ਇਸ ਕਰਕੇ ਪੰਜਾਬ ਗਿੱਦੜਵਾ, ਮੈਂ ਸਮਝਦਾ ਜੇ ਇਹਨਾਂ ਦੀ ਪਿੱਠ ਪਿੱਛੇ ਖੜੂਗਾ, ਮੈਂ ਇਹ ਨਹੀਂ ਕਹਿੰਦਾ, ਇਹਨਾਂ ਨੇ ਬਹੁਤ ਕੁਛ ਦੇਖ ਲਿਆ, ਬਥੇਰਾ ਕੁਛ ਇਹਨਾਂ ਨੇ ਆਪਣਾ ਜ਼ਿੰਦਗੀ 'ਚ ਕੋਈ ਹਾਸਲ ਕਰ ਲਈਆਂ ਜਗ੍ਹਾ, ਪਰ ਇਸ ਵੇਲੇ ਦੇਣ ਦੀ ਵਾਰੀ ਆ, ਸਿਰਫ ਇਹਨਾਂ ਦਾ ਮਨ ਇਹ ਆ, ਕਿਉਂਕਿ ਬੀਜੇਪੀ ਨੇ 29 ਤੱਕ ਸਰਕਾਰ ਰਹਿਣੀ ਆ, ਬੀਜੇਪੀ ਦੀ ਰਹਿਣੀ ਆ ਤੀਜੀ ਵਾਰ, ਜਿਹੜੀ ਹੁਣ ਬਣੀ ਬਣੀ ਆ, ਅਤੇ ਜੇ ਆਪਾਂ ਬਾਕੀ ਸੂਬੇ ਕਿਤੇ ਦੀ ਕਿਤੇ ਪਹੁੰਚ ਗਏ, ਜੇ ਗਿੱਦੜਵਾਏ ਜੇ ਪੰਜਾਬ ਦੇ ਲਈ ਚੀਜ਼ਾਂ ਲਿਆ ਸਕਣਗੇ ਮਨਪ੍ਰੀਤ ਸਿੰਘ ਬਾਦਲ ਇੱਥੋਂ ਜਿੱਤ ਪ੍ਰਾਪਤ ਕਰਕੇ, ਉਦੋਂ ਬੜੀ ਗੱਲ ਕਿਹੜੀ ਹੋ ਸਕਦੀ ਆ। ਇਸੇ ਕਰਕੇ ਮੈਂ ਕਹਿੰਦਾ ਹੈ ਵੀ ਇਹ ਇੱਕ ਇਨਸਾਨ ਨੇ ਜਿਨ੍ਹਾਂ ਨੂੰ ਹਰ ਹਿਸਾਬ, ਹਰ ਅਜੈਬਰਾ ਪਤਾ ਹੈ ਵੀ ਕਿਹੜੀ ਜਗ੍ਹਾ ਤੋਂ ਕਿਵੇਂ ਕੰਮ ਕਰਾਉਣੇ ਆ। ਅੱਜ ਵੀ ਮੇਰੇ ਨਾਲ ਜਦੋਂ, ਹੁਣ ਵੀ ਸਵੇਰੇ ਵੀ, ਜੇ ਗੱਲ ਰੇਲਵੇ ਦੀ ਕਰੀਏ ਤਾਂ ਰੇਲਵੇ ਬਾਰੇ ਗੱਲਾਂ ਕਰ ਰਹੇ ਸੀ, ਹਰ ਚੀਜ਼ ਇਹਨਾਂ ਨੂੰ ਪਤਾ। ਇਸ ਕਰਕੇ ਮੈਂ ਅੱਜ ਸਾਰਿਆਂ ਨੂੰ ਇਹ ਬੇਨਤੀ ਕਰਦਾ ਆਪਣੀ ਪਾਰਟੀ ਵੱਲੋਂ, ਸਾਰੀ ਵੱਲੋਂ, ਵੀ ਮਨਪ੍ਰੀਤ ਸਿੰਘ ਬਾਦਲ ਦੀ ਜਿੱਤ ਦੇ ਵਿੱਚ
ਪੰਜਾਬ ਦੀ ਜਿੱਤ ਬਸ ਇਹਦੇ ਵਿੱਚ ਪੰਜਾਬ ਦੀ ਜਿੱਤ ਆ ਮੈਂ ਇੰਨੀ ਗੱਲ ਕਹੂੰ ਕਿਸਾਨਾਂ ਨੂੰ ਕਿਵੇਂ ਸਮਝਾਉਂਗਾ ਜੀ ਕਿਸਾਨ ਮੰਡੀ 'ਚ ਬੈਠੇ ਹੋ ਕਰੇ ਕੇਂਦਰ ਤੋਂ ਮਤਲਬ ਤੱਕ ਮੈਂ ਸਾਰਿਆਂ ਨਾਲ ਅਲੱਗ ਗੱਲ ਕਰਨਾ ਪਹਿਲਾਂ ਇਸ ਇਲੈਕਸ਼ਨ ਬਾਰੇ ਹੁਣੀ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਜੀ ਨਾਲ ਗੱਲ ਕਰੋ ਫਿਰ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਹੁਣੀ ਕਰਾਂ।